ਜਾਂਦੇ ਹੋ ਪਰ ਅਸੀਂ ਵੱਡੀ ਸੰਖਿਆ 'ਚ ਕਿਸਾਨ ਜਿਹੜੇ ਅੰਦੋਲਨ ਵਿੱਚ ਆ ਜਿਹੜੇ ਕਾਨੂੰਨਾਂ ਦੇ ਵਿਰੋਧ ਵਿੱਚ ਆ ਆ ਕੇ ਸਾਨੂੰ ਕਾਨੂੰਨ ਸਮਝਾਓ ਪਰ ਦੁੱਖ ਵਾਲੀ ਗੱਲ ਇਹ ਆ ਬਈ ਕਾਂਗਰਸ ਸਰਕਾਰ ਜਿਹੜੀ ਸਾਡੇ ਨਾਲ ਹੁਣ ਤਾਂ ਧੰਮ ਭਰਦੀ ਆ ਉਹਨੇ ਪੁਲਿਸ ਅੱਗੇ ਕਰਤੀ ਯਾਨੀ ਕਿ ਦੋਨਾਂ ਦੀ ਯਾਰੀ ਪੱਕੀ ਆ ਕੋਈ ਗੱਲ ਆ ਅਸੀਂ ਤੈਅ ਕੀਤਾ ਸੀਗਾ ਮੇਰੀ ਪ੍ਰਸ਼ਾਸਨ ਨਾਲ ਰਾਤ ਗੱਲ ਤਾਂ ਕੋਈ ਸੀਗੀ ਅਸੀਂ ਆਰਾਮਦਾਰੀ ਨਾਲ ਗੁਲਾਬੇ ਤੱਕ ਜਾਵਾਂਗੇ ਪੁਤਲਾ ਫੂਕ ਕੇ ਆਵਾਂਗੇ ਪਰ ਟੀਟੀ ਸਾਹਿਬ ਨੇ ਕਿਹਾ ਨਾ ਮੈਂ ਘਰੇ ਆ ਨਾ ਮੈਂ ਮਿਲ ਸਕਦਾ ਨਾ ਮੈਂ ਮਿਲਣਾ ਨਾ ਜਵਾਬ ਦੇਣਾ ਹੁਣ ਪਿੰਡ ਵਾਲਿਓ ਤੁਸੀਂ ਤੈਅ ਕਰੋ ਵੀ ਤੁਸੀਂ ਪਿੰਡ ਵਿੱਚ ਟੀਟੀ ਨੂੰ ਵਾਰਡ ਕਰ ਮਿਲਣੀ ਕਰਨੀ ਹੈ ਕਿ ਜੋ ਟੀਟੀ ਨੇ ਸਾਡੇ ਨਾਲ ਕੀਤੀ ਕਿਸਾਨਾਂ ਨਾਲ ਉਹ ਹੀ ਤੁਸੀਂ ਕਰਨੀ ਹੈ ਸਵਾਲ ਪੁੱਛਣੇ ਪਿੰਡੇ ਪਿੰਡੇ ਜਿਹੜੇ ਸਵਾਲ ਅੱਜ ਟੀਟੀ ਨੂੰ ਪੁੱਛੇ ਆ ਉਹ ਲਾਈਵ 'ਚ ਦੱਸੇ ਆ ਉਹਦਾ ਅਸੀਂ ਸਕੈਨ ਪਾ ਕੇ ਸਾਰੇ ਗਰੁੱਪਾਂ 'ਚ ਭੇਜ ਦਾਂਗੇ ਤੁਸੀਂ ਪਿੰਡੀ ਪਿੰਡੀ ਪੁੱਛੋ ਉਹ ਸਵਾਲ ਯਾਦ ਕਰ ਲਿਆ ਜੇ ਜਦੋਂ ਵੀ ਟੀਟੀ ਪਿੰਡ 'ਚ ਆਵੇ ਜਾਂ ਕੋਈ ਹੋਰ ਬੀਜੇਪੀ ਦਾ ਬੰਦਾ ਪਿੰਡ 'ਚ ਆਵੇ ਤੁਹਾਨੂੰ ਸਵਾਲ ਲਾਜ਼ਮੀ ਕਰਿਆ ਜੇ ਉਸ ਤੋਂ ਬਾਅਦ ਵਿਰੋਧ ਕਰਨਾ ਹੁਣ ਉਸੇ ਟੀਟੀ ਸਾਡੇ ਕੋਲ ਤਾਂ ਨਹੀਂ ਆਇਆ ਪਰ ਦਾ ਪੁਤਲਾ ਫੂਕ ਕੇ ਚੱਲ ਇਹਨੂੰ ਲੰਮਾ ਪਾਓ ਯਾਰ ਨਾ ਲੰਮਾ ਨਹੀਂ ਖੜਾ ਇਹਨੂੰ ਮੂਧਾ ਕਰੋ ਯਾਰ ਹਾਂ ਵੀ ਮੂਧਾ ਕਰਕੇ ਲਾਓ ਟੀਟੀ ਦਾ ਫੇਰ ਲਓ ਨਾਲ ਚਲੋ ਮਾਰ ਕਿਤੇ ਮਾਰ ਚਲੋ ਹੋ ਹੋ ਟੀਟੀ ਦੀ ਵੱਜ ਗਈ ਸੀਟੀ अंदरों खाखी निकल निकलनी खाखी लाइव करके देखा जो लाइव हुंदा नहीं निकला तू तू निकला निकला तू चिट्टा तू आ गया पत्थर खाते पत्थर वाला तू है खाने वाला।